ਸਰ ਕਹਾਣੀ ਸੀ ਕੀ ਹੋਇਆ ਸਰ? ਇਹ ਅੰਮ੍ਰਿਤ ਨਾਂ ਦਾ ਬੰਦਾ ਸੀ, ਇਹ USA ਦਾ ਬੋਰਨ ਹੈ। ਇਹ ਆਪਣਾ ਜਿੱਦਾਂ ਰੂਟੀਨ 'ਚ ਅਪਲਾਈ ਕੀਤਾ ਸੀ, ਇਹਨੇ ਅਪਲਾਈ ਕਰਕੇ ਇਹਨੂੰ ਮੈਸੇਜ ਵੀ ਆ ਗਿਆ। ਮੈਸੇਜ ਦੇ ਵਿੱਚ ਇਹਨੂੰ ਹੋ ਸਕਦਾ ਨਾ ਪੜਿਆ ਗਿਆ ਹੋਵੇ ਇਹਦੇ ਕੋਲੋਂ, ਉਹ ਨੋਟ ਰਿਕਮੈਂਡ ਸੀ, ਕਿਸੇ ਕਾਰਨ ਕੋਈ ਫੋਰਮੈਲਿਟੀ ਰਹਿ ਗਈ ਹੋਣੀ। ਇਹ ਉੱਥੇ ਚਲੇ ਗਿਆ, ਉੱਥੇ ਜਾ ਕੇ ਇਹਨੇ ਰੂਟੀਨ ਦੇ ਵਿੱਚ ਕਾਗਜ਼ ਪੱਤਰ ਦਿਖਾਏ, ਉਹਨਾਂ ਨੇ ਇਹਨੂੰ ਨਾ ਕਰਤੀ। ਅਤੇ ਉਹਨੇ ਫਿਰ ਦੁਬਾਰੇ ਕਿਸੇ ਨੂੰ ਪੁੱਛਣ ਦੀ ਬਜਾਏ ਉਹਨੇ ਹੋਰ ਕਿ ਬਈ ਅੱਗੇ ਜਾ ਕੇ ਮੈਂ ਹੋਰ ਪੁੱਛਦਾ, ਉਹ ਦੂਜੇ ਗੇਟ 'ਤੇ ਨਹੀਂ ਜਾ ਕੇ ਅੱਗੇ ਚਲੇ ਗਿਆ ਅਗਲੇ ਜਿਹੜਾ ਕਾਊਂਟਰ ਹੈ। ਉਸ ਕਾਊਂਟਰ 'ਤੇ ਉਹਨੂੰ ਇਤਰਾਜ਼ ਜਤਾਇਆ ਵੀ ਤੂੰ ਇੱਧਰ ਕਿਉਂ ਕਰਨਾ ਆਇਆ। ਇਸ ਕਰਕੇ ਉਹਨਾਂ ਨੇ ਸ਼ੱਕ ਜ਼ਾਹਿਰ ਕਰਕੇ ਸਾਨੂੰ ਜਿਹੜਾ ਬੰਦਾ ਸਾਡੇ ਡੇਰਾ ਬਾਬਾ ਨਾਨਕ ਦੇ SHO ਅਤੇ DSP ਦੇ ਹਵਾਲੇ ਕਰਤਾ ਸੀ, ਉਹਦੇ ਨਾਲ ਅਸੀਂ ਸਾਰੀ ਪੁੱਛਗਿੱਛ ਕੀਤੀ। ਉਹਦੇ ਬੈਕਗਰਾਊਂਡ ਵੀ ਦੇਖੀ, ਇਹ ਸਾਹਨੇਵਾਲ ਦਾ ਰਹਿਣ ਵਾਲਾ ਸੀ, ਉਹਦੀ ਕੋਈ ਬੈਕਗਰਾਊਂਡ ਇੰਨੀ ਉਹਦੀ ਬੈਕਗਰਾਊਂਡ ਵੀ ਗਲਤ ਨਹੀਂ ਸੀ ਹੈਗੀ। ਉਹਨੂੰ ਸਾਰਾ ਵੈਰੀਫਾਈ ਕਰਕੇ ਪੁੱਛਗਿੱਛ ਕਰਕੇ ਉਹਨੂੰ ਫਰਕ ਕਰਤਾ ਸੀ, ਉਹਦੀ ਰਿਪੋਰਟ ਵੀ ਯੋਜਨਾ 'ਚ ਪਾ ਦਿੱਤੀ ਸੀ ਅਸੀਂ।